ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ। ਇਟਲੀ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਨਵੇਂ ਪੇਪਰਾਂ ਦੀ, ਇਟਲੀ ਦੇ ਵਿੱਚ ਸਿਰਫ 4.5 ਲੱਖ ਬੰਦਿਆਂ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੂੰ 3 ਸਾਲਾਂ ਦੇ ਵਿੱਚ ਬੁਲਾਉਣਾ। ਉਹਨਾਂ ਤੋਂ ਇਲਾਵਾ ਜਿਹੜੇ ਕੱਚੇ ਬੰਦੇ ਨੇ ਉਹਨਾਂ ਦੇ ਬਾਰੇ ਕੁਛ ਵੀ ਕਿਸੇ ਤਰ੍ਹਾਂ ਦਾ ਅਪਡੇਟ ਨਹੀਂ ਦਿੱਤਾ ਜਾ ਰਿਹਾ। ਇਹ ਇੱਕ ਐਸੀ ਨਿਊਜ਼, ਇੱਕ ਐਸੀ ਖਬਰ ਆ ਜਿਸ ਨੂੰ ਆਪਣੇ ਇਟਲੀ ਦੇ ਵਿੱਚ ਰਹਿ ਰਹੇ ਕੱਚੇ ਵੀਰ ਹਰ ਰੋਜ਼ ਦੇਖਦੇ ਨੇ ਕਿ ਸ਼ਾਇਦ ਕੁਛ ਨਾ ਕੁਛ ਅਪਡੇਟ ਆ ਜਾਵੇ, ਪਰ ਫਿਲਹਾਲ ਹੁਣ ਕੁਛ ਵੀ ਅਪਡੇਟ ਨਹੀਂ ਆ ਰਹੀ। ਉਸ ਤੋਂ ਬਾਅਦ ਇਟਲੀ ਦੇ ਵਿੱਚ ਮੌਸਮ ਨੇ ਬਹੁਤ ਹੀ ਜ਼ਿਆਦਾ ਕਹਿਰ, ਮੌਸਮ ਦਾ ਬਹੁਤ ਹੀ ਜ਼ਿਆਦਾ ਖਰਾਬ ਹੋਣ ਦੇ ਨਾਲ ਇਟਲੀ 'ਚ ਬਰਬਾਦੀ ਹੋ ਰਹੀ ਹੈ। ਇਟਲੀ ਦੇ ਬਹੁਤ ਸਾਰੇ ਸ਼ਹਿਰ ਨੇ ਜਿੱਥੇ ਟੈਨਿਸ ਦੀਆਂ ਗੇਂਦਾਂ ਜਿੱਡੀ ਅਹਿਣ ਜਿਹੜੇ ਗੜੇ ਪਏ ਨੇ, ਅਤੇ ਇਹ ਮਿਲਾਨ ਦੇ ਏਰੀਆ 'ਚ ਗੱਡੀਆਂ ਟੁੱਟ ਗਈਆਂ, ਆਫਿਸ ਟੁੱਟ ਗਏ, ਆਫਿਸਾਂ ਦੇ ਵਿੱਚ ਪਾਣੀ ਆ ਗਿਆ। ਅਤੇ ਦੱਸਿਆ ਵੀ ਜਾ ਰਿਹਾ ਕਿ ਜਿਹੜੇ ਸ਼ੋਰੂਮ ਸਨ ਗੱਡੀਆਂ ਦੇ, ਉਹਨਾਂ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ। ਖੇਤਾਂ ਦੇ ਵਿੱਚ ਖੜ੍ਹੀਆਂ ਫਸਲਾਂ ਤਬਾਹ ਹੋ ਗਈਆਂ। ਨੌਰਥ ਇਟਲੀ ਦਾ ਇਲਾਕਾ ਮਿਲਾਨ ਦੇ ਵਿੱਚ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਤਕਰੀਬਨ ਇਹ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਸਪੀਡ ਦੇ ਨਾਲ ਜਿਹੜੀ ਹਵਾ ਚੱਲ ਰਹੀ ਸੀ, ਜੋ ਤੂਫਾਨ ਦੀ ਗਤੀ ਆ ਦੱਸੀ ਜਾ ਰਹੀ ਹੈ। ਜਿੱਥੇ ਇੱਕ ਪਾਸੇ ਇਟਲੀ ਦੇ ਵਿੱਚ ਇੰਨਾ ਮੀਂਹ ਹਨੇਰੀ ਤੂਫਾਨ ਆ ਕੇ ਕੰਮ ਖਰਾਬ ਹੋਇਆ, ਦੂਸਰੇ ਪਾਸੇ ਉੱਤਰ ਤੋਂ ਜੇ ਅਸੀਂ ਦੱਖਣੀ ਇਟਲੀ ਦੇ ਵੱਲ ਵੱਧਦੇ ਹਾਂ ਤਾਂ ਇਟਲੀ ਦੇ ਦੱਖਣੀ ਹਿੱਸੇ ਦੇ ਵਿੱਚ 4 ਬੰਦਿਆਂ ਦੀ ਮੌਤ ਪਲੈਰਮੋ ਦੇ ਵਿੱਚ ਹੋ ਗਈ ਹੈ। ਇਸ ਟਾਈਮ ਦੱਸਿਆ ਜਾ ਰਿਹਾ ਕਿ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਘਰਾਂ ਤੋਂ ਬਾਹਰ ਨਾ ਨਿਕਲਣ, ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਤੇ ਇਟਲੀ ਦੇ ਜਿਹੜੇ ਗਰਗਾਨੋ ਏਰੀਆ, ਉੱਥੋਂ 2000 ਬੰਦਿਆਂ ਨੂੰ ਕੱਢਿਆ ਗਿਆ ਜੀ, ਕਿਉਂਕਿ ਮੌਸਮ ਬਹੁਤ ਖਰਾਬ। ਮੌਸਮ ਖਰਾਬ ਕਿੱਦਾਂ, ਗਰਮੀ ਬਹੁਤ ਆ। ਇਸ ਟਾਈਮ ਜਿਹੜਾ ਉੱਥੇ ਥਰਮਾਮੀਟਰ ਆ 47.5 ਡਿਗਰੀ ਤੱਕ ਪਹੁੰਚ ਚੁੱਕਾ, ਜਿਸ ਦੇ ਨਾਲ ਬਹੁਤ ਸਾਰੇ ਖੇਤਰਾਂ ਦੇ ਵਿੱਚ ਅੱਗ ਲੱਗ ਚੁੱਕੀ ਹੈ, ਆਪਣੇ ਜੰਗਲਾਂ ਦੇ ਵਿੱਚ ਅੱਗ ਲੱਗ ਰਹੀ ਆ, ਅਤੇ ਉਹਦੇ ਨਾਲ ਗਰਮੀ ਹੋਰ ਵੱਧਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਪਿਛਲੇ 24 ਘੰਟਿਆਂ ਦੇ ਵਿੱਚ 1500 ਜਿਹੜੇ ਲੋਕ ਪਲੈਰਮੋ ਦੇ ਵਿੱਚ ਰਹਿ ਰਹੇ ਅਤੇ ਜਿਹੜੇ ਇਹਦੇ ਨੇੜੇ ਰਹਿ ਰਹੇ ਉਹ ਲਗਭਗ ਆ ਜਿਹੜੇ ਬੇਘਰ ਹੋ ਗਏ ਨੇ, ਅਤੇ ਘੱਟ ਤੋਂ ਘੱਟ 20 ਘਰਾਂ ਦੀ ਇਸ ਟਾਈਮ ਅਪਡੇਟ ਆ ਰਹੀ ਹੈ ਜੋ ਅੱਗ ਦੇ ਨਾਲ ਅੱਗ ਦੇ ਵਿੱਚ ਝੁਲਸ ਗਏ ਨੇ, ਜਿਨ੍ਹਾਂ ਦੇ ਵਿੱਚ ਨੁਕਸਾਨ ਹੋਇਆ। ਇਸ ਦੌਰਾਨ ਜਿਹੜੇ ਇਟਲੀ ਦੇ ਐਂਬੂਲੈਂਸ ਸਰਵਿਸ 118 ਦੀ ਹੈ, ਇਹਨਾਂ ਨੇ ਜਿਹੜੇ ਸਵਿੱਚ ਬੋਰਡ ਦੀਆਂ ਲਾਈਨਾਂ ਨੇ ਉਹ ਵੀ ਬਲੌਕ ਹੋ ਗਈਆਂ। ਬਹੁਤ ਹੀ ਪ੍ਰੋਬਲਮ ਵਾਲੀ ਗੱਲ ਚੱਲ ਰਹੀ ਹੈ ਇਸ ਟਾਈਮ। ਅਤੇ ਜਿੱਥੇ ਇੱਕ ਪਾਸੇ ਅੱਗ ਦੇ ਨਾਲ ਬੁਰਾ ਹਾਲ ਸੀ, ਉੱਧਰ ਹੀ ਦੂਸਰੇ ਪਾਸੇ ਜੇ ਅਸੀਂ ਗੱਲ ਕਰਦੇ ਹਾਂ ਕਤਾਨੀਆ ਇਟਲੀ ਦਾ ਸ਼ਹਿਰ, ਜਿੱਥੇ ਪਾਣੀ ਅਤੇ ਬਿਜਲੀ ਦੀ ਬਹੁਤ ਤੰਗੀ ਰਹੀ। ਕਿਸੇ ਕਿਸੇ ਇਲਾਕੇ ਦੇ ਵਿੱਚ 90 ਘੰਟੇ ਤੋਂ ਨਾ ਹੀ ਪਾਣੀ ਸੀ ਅਤੇ ਨਾ ਹੀ ਲਾਈਟ ਸੀ। ਦੱਸਿਆ ਜਾ ਰਿਹਾ ਕਿ ਅਚੀਰਾਲੇ ਅਤੇ ਪਤੈਰਨੋ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਸ਼ਹਿਰ ਨੇ, ਜਿਨ੍ਹਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਬਲਮ ਸੀ। ਹੁਣ ਇਹ ਜਿਹੜਾ ਬਲੈਕਆਊਟ ਹੋਇਆ, ਬਿਜਲੀ ਦਾ ਬਲੈਕਆਊਟ ਹੋਇਆ ਜਿਸ ਦੇ ਨਾਲ ਲਾਈਟ ਨਹੀਂ ਆਈ, ਉਸ ਦੇ ਨਾਲ ਤੁਹਾਨੂੰ ਜਿਹੜਾ ਮੁਆਵਜ਼ਾ ਵੀ ਮਿਲ ਸਕਦਾ। ਹੁਣ ਇਹ ਜਿਹੜਾ ਮੁਆਵਜ਼ਾ ਆ 100 ਯੂਰੋ, 200 ਯੂਰੋ, 300 ਯੂਰੋ ਤੱਕ ਜਾ ਸਕਦਾ। ਇਹ ਕਦੋਂ ਹੁੰਦਾ ਜੀ? ਇਹ ਉਸ ਟਾਈਮ ਹੁੰਦਾ ਜੀ ਜਿਸ ਟਾਈਮ ਬਿਨਾਂ ਲਾਈਟ, ਜਦੋਂ ਘਰ ਦੇ ਵਿੱਚ ਨਹੀਂ, ਅੱਛਾ ਕੁਦਰਤੀ ਆਫਤ ਆ ਜਾਂਦੀ ਹੈ, ਅਚਾਨਕ ਕੋਈ ਬਲੈਕਆਊਟ ਹੋ ਜਾਂਦਾ, ਘਰ ਦੇ ਵਿੱਚ ਲੱਗੇ ਹੋਏ ਏਅਰ ਕੰਡੀਸ਼ਨ ਸਾਡੇ ਨਹੀਂ, ਅਸੀਂ ਚਲਾ ਸਕਦੇ, ਪੱਖੇ ਨਹੀਂ ਚੱਲ ਸਕਦੇ, ਸਾਡੀਆਂ ਫਰਿੱਜਾਂ ਫਰੀਜ਼ਰ ਇਹ ਖਰਾਬ ਹੋਣ ਦਾ ਖਤਰਾ ਹੁੰਦਾ, ਉਸ ਸਿਚੁਏਸ਼ਨ ਦੇ ਵਿੱਚ ਅਸੀਂ ਮੁਆਵਜ਼ਾ ਲੈ ਸਕਦੇ ਹਾਂ। ਅਤੇ ਇਹ ਜਿਹੜਾ ਮੁਆਵਜ਼ਾ ਮਿਲਦਾ ਹੁੰਦਾ ਡਿਪੈਂਡ ਕਰਦਾ ਕਿ ਤੁਸੀਂ ਜਿਸ ਪਿੰਡ ਦੇ ਵਿੱਚ ਰਹਿ ਰਹੇ ਹੋ ਉਸ ਪਿੰਡ ਦੇ ਵਿੱਚ ਗਿਣਤੀ ਕਿੰਨੀ ਆ। ਜੇ ਤਾਂ 5000 ਤੋਂ ਲੈ ਕੇ 50000 ਯੂਰੋ ਤੱਕ ਹੋਵੇ ਤਾਂ ਉਸ ਸਿਚੁਏਸ਼ਨ ਦੇ ਵਿੱਚ ਘੱਟ ਤੋਂ ਘੱਟ 12 ਘੰਟਿਆਂ ਦੇ ਵਿੱਚ ਬਿਜਲੀ ਆਉਣੀ ਚਾਹੀਦੀ ਹੈ। ਜੇਕਰ 5000 ਦਾ ਸ਼ਹਿਰ ਹੋਵੇ ਤਾਂ ਫਿਰ 16 ਘੰਟਿਆਂ ਤੱਕ ਰਾਇਤ ਦਿੱਤੀ ਜਾਂਦੀ ਹੈ। ਪਰ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਮੁਆਵਜ਼ਾ ਆ ਤਕਰੀਬਨ ਹਰ 4 ਘੰਟਿਆਂ ਬਾਅਦ 15 ਯੂਰੋ ਵੱਧ ਜਾਂਦਾ ਹੈ, ਵੱਧ ਤੋਂ ਵੱਧ 300 ਯੂਰੋ ਹੋ ਸਕਦਾ। ਪਰ ਜਿਸ ਤਰ੍ਹਾਂ ਕਿ 90 ਘੰਟੇ ਲਗਾਤਾਰ ਬਿਜਲੀ ਰਹੀ ਆ, ਬਲੈਕਆਊਟ, ਤਾਂ ਉਹਨਾਂ ਨੂੰ ਇਸ ਏਰੀਆ ਦੇ ਵਿੱਚ ਰਹਿਣ ਵਾਲਿਆਂ ਨੂੰ 300 ਤੋਂ 1000 ਯੂਰੋ ਤੱਕ ਵੀ ਗੱਲ ਜਾ ਸਕਦੀ ਹੈ। ਤੁਹਾਨੂੰ ਆਪਣੇ ਕਮੂਨਿਆਂ ਦੇ ਵਿੱਚ ਜਾ ਕੇ ਜ਼ਰੂਰ ਪੁੱਛਣਾ ਪੈਣਾ ਤਾਂ ਜੋ ਤੁਹਾਡੇ ਕੋਲ ਜਿੰਨੇ ਪੈਸੇ ਸਰਦੇ ਨੇ ਤੁਹਾਨੂੰ ਉਹ ਸਾਰੇ ਦੇ ਸਾਰੇ ਮਿਲ ਸਕਣ। ਇਟਲੀ ਦੇ ਵਿੱਚ ਕੁਦਰਤੀ ਆਫਤ ਆ ਜਾਂਦੀ ਹੈ, ਬਿਜਲੀ ਦਾ ਬਲੈਕਆਊਟ ਹੋ ਜਾਂਦਾ, ਇਸ ਤਰ੍ਹਾਂ ਦਾ ਕੁਛ ਵੀ ਹੋ ਜਾਂਦਾ, ਤਾਂ ਉਸ ਸਿਚੁਏਸ਼ਨ ਦੇ ਵਿੱਚ ਮੁਆਵਜ਼ਾ ਮਿਲਦਾ ਹੈ ਜੀ, ਤੁਸੀਂ ਮੁਆਵਜ਼ਾ ਲੈਣ ਦੇ ਹੱਕਦਾਰ ਹੋ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇਟਲੀ ਦੇ ਵਿੱਚ ਆਪ ਆਈਓ, ਆਈਓ ਜਿਸ ਦਾ ਨਾਮ ਆਪ ਈਓ ਵੀ ਕਿਹਾ ਜਾ ਰਿਹਾ। ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਆਈਟੀ ਵਾਇਲਟ ਆ, ਜੋ 2023 ਦੇ ਮਹੀਨੇ ਦੇ ਵਿੱਚ, ਜੁਲਾਈ ਜਾਂ ਫਿਰ ਅਗਸਤ ਦੇ ਮਹੀਨੇ ਦੇ ਵਿੱਚ ਇਸ ਨੂੰ ਹੋਰ ਵੀ ਵਧੀਆ ਬਣਾ ਦਿੱਤਾ ਜਾਣਾ, ਯੂਰੋਪੀਅਨ ਡਿਜੀਟਲ ਆਈਡੈਂਟੀ ਵਾਇਲਟ ਇਸ ਨੂੰ ਬਣਾ ਦਿੱਤਾ ਜਾਊਗਾ, ਜਿਸ ਦੇ ਵਿੱਚ ਸਾਡਾ ਕਾਰਤਾ ਦੀ ਇਡੈਂਟੀਤਾ ਅਤੇ ਲਾਇਸੈਂਸ ਨੂੰ ਰੱਖਿਆ ਜਾ ਸਕਦਾ। ਇਸ ਆਪਣੇ ਮੋਬਾਈਲ ਦੇ ਵਿੱਚ ਹੀ ਸਾਡਾ ਲਾਇਸੈਂਸ ਅਤੇ ਕਾਰਤਾ ਦੀ ਇਡੈਂਟੀਤਾ ਹੋਵੇਗਾ। ਇਸ ਇਹ ਜਿਹੜੇ ਡਾਕੂਮੈਂਟ ਨੇ ਇਹਨਾਂ ਨੂੰ ਸਾਨੂੰ ਓਰੀਜਨਲ ਨਾਲ ਰੱਖਣ ਦੀ ਲੋੜ ਨਹੀਂ ਹੋਵੇਗੀ।
ਇਹਨਾਂ ਦੇ ਵਿੱਚ ਐਂਟਰ ਹੋਣ ਦੇ ਲਈ ਅਸੀਂ ਸਪਿਡ ਦੇ ਨਾਲ ਐਂਟਰ ਹੋ ਸਕਦੇ ਹਾਂ। ਜੇਕਰ ਸਾਡੇ ਕੋਲ ਇਲੈਕਟ੍ਰੋਨਿਕ ਕਾਰਤਾ ਦੀ ਆਇਡੈਂਟੀ ਥਾ ਆ ਤਾਂ ਅਸੀਂ ਉਹਦੇ ਨਾਲ ਵੀ ਐਂਟਰ ਹੋ ਸਕਦੇ। ਅਤੇ ਇਸ ਨੂੰ ਜਿਹੜਾ ਪੂਰੀ ਪ੍ਰੋਪਰਲੀ ਤਰੀਕੇ ਦੇ ਨਾਲ ਫਿੱਟ ਹੋਣ ਦੇ ਲਈ 31 ਅਕਤੂਬਰ 2024 ਤੱਕ ਦਾ ਟਾਈਮ ਦਿੱਤਾ ਗਿਆ, 30 ਜੂਨ 2024 ਤੱਕ ਦਾ ਟਾਈਮ ਦਿੱਤਾ ਗਿਆ। ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਲਾਂਚ ਕਰ ਦਿੱਤਾ ਜਾਣਾ। ਦੱਸਿਆ ਜਾ ਰਿਹਾ ਕਿ ਇਹ ਐਪਲੀਕੇਸ਼ਨ ਇਸ ਟਾਈਮ ਵੀ ਕਾਫੀ ਲੋਕਾਂ ਦੇ ਕੋਲ ਭਰੀ ਹੋਈ ਹੈ। ਜੁਲਾਈ ਦੇ ਵਿੱਚ ਬਹੁਤ ਸਾਰੇ ਇਸ ਦੇ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਗਏ ਨੇ। ਅਕਤੂਬਰ ਤੱਕ ਇਹਦੇ ਵਿੱਚ ਹੋਰ ਸੁਧਾਰ ਹੋਊਗਾ। ਇਸ ਟਾਈਮ ਪਹਿਲੇ ਵਰਜ਼ਨ ਆ ਰਹੇ ਨੇ, ਪਰ ਜਿੱਦਾਂ ਹੀ ਤੁਸੀਂ ਇਸ ਨੂੰ ਰੱਖੋਗੇ ਤੁਹਾਨੂੰ ਇਹਦੇ ਵਿੱਚ ਫਾਇਦਾ ਹੀ ਫਾਇਦਾ ਹੈ। ਉਸ ਤੋਂ ਬਾਅਦ ਇੱਕ ਗੁੱਡ ਨਿਊਜ਼ ਆ ਰਹੀ ਹੈ ਜੀ। ਗੁੱਡ ਨਿਊਜ਼ ਇਹ ਕਿ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਕਿਸੇ ਵੀ ਪਾਸੇ ਕੰਮ ਕਰਦੇ ਹੋਣ ਤਾਂ ਉਹਨਾਂ ਦੇ ਲਈ ਇੱਕ ਨਵਾਂ ਫਰਮਾਨ ਸਰਕਾਰ ਵੱਲੋਂ ਜਲਦ ਹੀ ਜਾਰੀ ਕੀਤਾ ਜਾ ਸਕਦਾ। ਇਟਲੀ ਦਾ ਜਿਹੜਾ ਮੰਤਰੀ ਮੰਡਲ ਆ, ਜਿਸ ਮੰਡਲ ਕੌਂਸਿਲੀਓ ਦੇ ਮਿਨਿਸਟਰੀ ਆ, ਉਹਨਾਂ ਦੇ ਵਿੱਚ ਇਹ ਫਾਰਮ ਪਹੁੰਚ ਚੁੱਕਾ ਜੀ। ਫਰਮਾਨ 'ਤੇ ਕਦੇ ਵੀ ਸਾਈਨ ਹੋ ਸਕਦੇ ਨੇ। ਕੱਲ੍ਹ ਨੂੰ ਇਸ ਦੇ ਉੱਤੇ ਗੱਲਬਾਤ ਕੀਤੀ ਜਾਊਗੀ ਕਿ ਬਦਲਦਾ ਹੋਇਆ ਮੌਸਮ ਗਰਮੀ ਨੂੰ ਦੇਖਦੇ ਹੋਏ, ਮੱਦੇਨਜ਼ਰ ਰੱਖਦੇ ਹੋਏ, ਜੇਕਰ 35 ਡਿਗਰੀ ਤੋਂ ਉੱਤੇ ਤਾਪਮਾਨ ਹੋ ਜਾਂਦਾ, 35 ਡਿਗਰੀ ਤੋਂ ਉੱਤੇ ਗਰਮੀ ਵੱਧ ਜਾਂਦੀ ਹੈ, ਤਾਂ ਉਸ ਸਿਚੁਏਸ਼ਨ ਦੇ ਵਿੱਚ ਬਾਹਰਲੇ ਕੰਮਾਂ ਤੋਂ ਤਾਂ ਬੰਦਿਆਂ ਨੂੰ ਰਾਹਤ ਮਿਲ ਸਕਦੀ ਹੈ, ਉਹਨਾਂ ਨੂੰ ਕਾਸਾ ਇੰਟੀਗ੍ਰੇਸ਼ਨ ਮਿਲ ਸਕਦਾ, ਪਰ ਉਸ ਤੋਂ ਬਾਅਦ ਸ਼ਾਇਦ ਫੈਕਟਰੀ ਵਾਲਿਆਂ ਨੂੰ ਵੀ ਇਹਨਾਂ ਦੇ ਵਿੱਚ ਰੱਖਿਆ ਜਾਵੇਗਾ। ਕੱਲ੍ਹ ਨੂੰ ਸਾਨੂੰ ਇਸ ਦੇ ਵਿੱਚ ਇਸ ਦੇ ਉੱਤੇ ਵੀ ਖਬਰ ਮਿਲੇਗੀ। ਜੇਕਰ ਫੈਕਟਰੀ ਵਾਲਿਆਂ ਨੂੰ ਵੀ ਇਸ ਦੇ ਉੱਤੇ ਰੱਖਿਆ ਜਾਵੇ ਤਾਂ ਫਿਰ ਇੱਕ ਬਹੁਤ ਹੀ ਵੱਡਾ ਅਪਡੇਟ ਆ ਜੀ ਸਰਕਾਰ ਵੱਲੋਂ ਉਪਰਾਲਾ ਹੋਊਗਾ। ਜਿਸ ਤਰ੍ਹਾਂ ਕਿ ਮੈਕਡੋਨਲ ਆ, ਜਿਹੜੇ ਮੈਕਡੋਨਲ ਇਟਲੀ ਦੇ ਵਿੱਚ ਜਿਨ੍ਹਾਂ ਨੇ ਸਟ੍ਰਾਈਕ ਕੀਤੀ ਸੀ ਕਿ ਕਿਚਨ ਦੇ ਵਿੱਚ 40 ਡਿਗਰੀ ਤੱਕ ਟੈਂਪਰੇਚਰ ਪਹੁੰਚ ਜਾਂਦਾ ਅਤੇ ਉਸ ਤੋਂ ਬਾਅਦ ਸਾਰਾ ਕੁਛ ਗੈਸ ਵਗੈਰਾ ਚੱਲਦੀ ਹੁੰਦੀ ਹੈ, ਸਾਡੇ ਕੋਲ ਅੰਦਰ ਸਾਹ ਲੈਣਾ ਵੀ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਲਾਸਟ ਅਪਡੇਟ ਆ, ਇਟਲੀ ਦੇ ਵਿੱਚ ਨੈਸ਼ਨਲ ਟੀ ਵੰਡਣ ਦੀ ਗੱਲਬਾਤ ਕੀਤੀ ਜਾ ਰਹੀ ਹੈ, ਨੈਸ਼ਨਲ ਟੀ ਫ੍ਰੀ ਦੇਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਜੀ। ਈਓ ਸੋਲੀ ਦੀ ਗੱਲਬਾਤ ਕੀਤੀ ਜਾ ਰਹੀ ਹੈ, ਜਿੱਥੇ ਇੱਕ ਪਾਸੇ ਇੱਕ ਪਾਰਟੀ ਕਹਿ ਰਹੀ ਹੈ ਕਿ ਇਟਲੀ ਦੇ ਵਿੱਚ ਜਿਹੜੇ ਬੱਚਿਆਂ ਦਾ ਜਨਮ ਹੋਇਆ, ਚਾਹੇ ਉਹ ਇਟਾਲੀਅਨ ਦੇ ਵਿੱਚ ਜਨਮ ਹੋਇਆ ਹੋਵੇ ਜਾਂ ਫਿਰ ਇਟਲੀ ਤੋਂ ਬਾਹਰ ਕਿਸੇ ਕੰਟਰੀ ਦੇ ਵਿੱਚ ਜਨਮ ਹੋਇਆ ਹੋਵੇ, ਪਰ ਜੇਕਰ ਇਟਲੀ ਦੇ ਵਿੱਚ ਉਹ ਰਹਿ ਰਹੇ ਨੇ, ਉਹਨਾਂ ਦੀ ਉਮਰ 18 ਸਾਲ ਆ ਘੱਟ ਤੋਂ ਘੱਟ, ਸਕੂਲਾਂ ਮੀਡੀਆ ਉਹਨਾਂ ਨੇ ਕਰ ਲਿਆ ਹੋਵੇ, ਸਕੂਲ ਇੱਕ ਕੰਪਲੀਟ ਕਰ ਲਿਆ ਹੋਵੇ, ਚਾਹੇ ਐਲੀਮੈਂਟਰੀ ਹੋਵੇ ਚਾਹੇ ਮੀਡੀਆ ਹੋਣ, ਤਾਂ ਫਿਰ ਉਹਨਾਂ ਨੂੰ ਨੈਸ਼ਨਲਟੀ ਦੇ ਦਿੱਤੀ ਜਾਣੀ ਚਾਹੀਦੀ ਹੈ। ਇਸ ਨੂੰ ਕਿਹਾ ਜਾ ਰਿਹਾ ਕਿ ਚਿੱਤਾ ਦਿਨਾਂਸਾ ਓਨੋਰਾਰੀਆ ਦੇ ਦਿੱਤਾ ਜਾਵੇ ਸਿਰਫ ਅਤੇ ਸਿਰਫ ਉਹਨਾਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ। ਕਿਉਂਕਿ ਇਟਲੀ ਦੇ ਵਿੱਚ ਜੇਕਰ ਕੋਈ ਗੈਰ ਮੁਲਕੀ ਦੇ ਘਰ ਬੰਦਾ ਪੈਦਾ ਹੁੰਦਾ, ਜੇਕਰ ਮਾਂ ਬਾਪ ਕੋਲ ਇਟਾਲੀਅਨ ਨੈਸ਼ਨਲਟੀ ਨਹੀਂ ਹੈ, ਉਹਨਾਂ ਦੇ ਘਰ ਕੋਈ ਬੱਚਾ ਪੈਦਾ ਹੁੰਦਾ, ਤਾਂ ਉਸ ਨੂੰ 18ਵੇਂ ਸਾਲ ਦੇ ਵਿੱਚ ਇੱਕ ਤਿਉਹਾਰ ਹੁੰਦਾ ਕਿ ਉਹ ਇਟਾਲੀਅਨ ਨੈਸ਼ਨਲਟੀ ਲਵੇ ਜਾਂ ਫਿਰ ਜਿਹੜੀ ਨੈਸ਼ਨਲਟੀ ਉਸਦੇ ਮਾਂ ਬਾਪ ਦੀ ਆ ਉਸ ਨੈਸ਼ਨਲਟੀ ਨੂੰ ਰੱਖੇ। ਤੋਸਕਾਨਾ ਸ਼ਹਿਰ ਦੇ ਵਿੱਚ ਇਸ ਟਾਈਮ ਬਹੁਤ ਹੀ ਵੱਡੀ ਗੱਲਬਾਤ ਹੋ ਰਹੀ ਹੈ ਜੀ। ਬਹੁਤ ਹੀ ਵਿਪਕਸ਼ ਨੇ, ਦੋਨੇ ਪਾਰਟੀਆਂ ਨੇ ਇੱਕ ਦੂਜੇ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਚੱਕ ਲਿਆ। ਲੇਗਾ ਦੇ ਜਿਹੜੇ ਪ੍ਰਧਾਨ ਉਸ ਏਰੀਏ ਦੇ ਉਹ ਕਹਿ ਰਹੇ ਨੇ ਕਿ ਨੈਸ਼ਨਲਟੀ ਇੱਕ ਲੂਨਾ ਪਾਰਕ ਵਿੱਚ ਇੱਕ ਸਰਕਸ 'ਚ ਜਾਣ ਵਾਲੀ ਟਿਕਟ ਨਹੀਂ ਹੈਗੀ ਜਿਹੜੀ ਤੁਸੀਂ ਕਿਸੇ ਨੂੰ ਵੀ ਦੇ ਸਕਦੇ ਹੋ। ਇਟਲੀ ਦੀ ਨੈਸ਼ਨਲਟੀ ਲਈ ਕੁਛ ਕਾਨੂੰਨ ਬਣਾਏ ਗਏ ਨੇ, ਕੁਛ ਨਿਯਮ ਬਣਾਏ ਗਏ ਨੇ, ਕੁਛ ਕ੍ਰਾਈਟੇਰੀਆ ਜਿਹੜਾ ਰੱਖਿਆ ਗਿਆ ਹੈ ਉਸ ਦੇ ਉੱਤੇ ਹੀ ਜੇਕਰ ਖਰੇ ਉਤਰਨਗੇ ਫਿਰ ਹੀ ਨੈਸ਼ਨਲਟੀ ਦਿੱਤੀ ਜਾਣੀ ਚਾਹੀਦੀ ਹੈ। ਉਸ ਤੋਂ ਇਲਾਵਾ ਜਿਹੜੀ ਨੈਸ਼ਨਲਟੀ ਨਹੀਂ ਦਿੱਤੀ ਜਾਣੀ ਚਾਹੀਦੀ। 18ਵੇਂ ਸਾਲ ਦੇ ਵਿੱਚ ਤੁਹਾਨੂੰ ਨੈਸ਼ਨਲਟੀ ਮਿਲ ਜਾਣੀ, ਉਹਨਾਂ ਨੂੰ 2-3 ਸਾਲ ਪਹਿਲਾਂ ਨੈਸ਼ਨਲਟੀ ਦੇਣ ਦਾ ਕੀ ਕੰਮ। ਉਸ ਤੋਂ ਬਾਅਦ ਇੱਕ ਬੰਦਾ ਜਿਸ ਦੀ ਉਮਰ 57 ਸਾਲ, ਜਿਸ ਦੀ ਮੌਤ ਹਦਵਾਣੇ ਚੱਕਣ ਦੇ ਕੰਮ ਕਰ ਰਿਹਾ ਸੀਗਾ, ਖੇਤਾਂ ਦੇ ਵਿੱਚ ਹਦਵਾਣੇ ਚੱਕਣ ਦਾ ਕਰ ਰਿਹਾ ਸੀ ਕੰਮ, ਉਸਦੀ ਹੋਈ ਮੌਤ। ਮੌਤ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਬਹੁਤ ਹੀ ਜ਼ਿਆਦਾ ਗਰਮੀ ਸੀ, 3 ਦਿਨ ਉਸ ਨੂੰ ਹੋਸਪਿਟਲ ਦੇ ਵਿੱਚ ਐਡਮਿਟ ਭਰਤੀ ਕਰਕੇ ਰੱਖਿਆ, ਉਸ ਤੋਂ ਬਾਅਦ ਉਸ ਨੇ ਸਾਹ ਜਿਹੜਾ ਦਮ ਹੋਸਪਿਟਲ ਵਿੱਚ ਮੁਨਤਾਲਤੋ ਦੀ ਕਾਸਤਰੋ ਜਿਹੜਾ ਪ੍ਰੋਵਿੰਚਾ ਦੀ ਵਿਤੈਰਬੋ ਦੇ ਵਿੱਚ ਪੈਂਦਾ ਉੱਥੇ ਤੋੜ ਦਿੱਤਾ। ਇਹ ਦੱਸਿਆ ਜਾ ਰਿਹਾ ਕਿ ਇਸ ਬੰਦੇ ਨੂੰ 1 ਕਿਲੋ ਦਾ 1 ਸੈਂਟ ਮਿਲਦਾ ਸੀ। ਇਹਨਾਂ ਦੇ ਨਾਲ ਠੇਕਾ ਹੁੰਦਾ ਹੈ ਕਿ ਕਿੰਨੇ ਕਿਲੋ ਕਿੰਨੇ ਕੁਇੰਟਲ ਦਿਨ ਦੇ ਵਿੱਚ ਇਹਨਾਂ ਨੇ ਹਦਵਾਣੇ ਤੋੜਨੇ ਆ ਜਾਂ ਕੱਦੂ ਤੋੜਨੇ ਆ ਜਾਂ ਟਮਾਟਰ ਤੋੜਨੇ, ਕੁਛ ਵੀ ਹੋ ਸਕਦਾ, ਉਸ ਹਿਸਾਬ ਦੇ ਨਾਲ ਇਹਨਾਂ ਨੂੰ ਪੈਸੇ ਮਿਲਦੇ ਨੇ। ਅਤੇ ਹੁਣ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਖੇਤਾਂ ਦੇ ਵਿੱਚ ਉਸ ਏਰੀਏ ਦੇ ਵਿੱਚ ਘੱਟ ਤੋਂ ਘੱਟ 7,000 ਤੋਂ ਵੱਧ ਬੰਦੇ ਜਿਹੜੇ ਕੰਪਨੀਆਂ ਨੇ ਬੰਦੇ ਕੰਮ ਕਰ ਰਹੇ ਨੇ। ਅਤੇ ਇਹਨਾਂ ਸਾਰੀਆਂ ਕੰਪਨੀਆਂ ਅਤੇ ਬੰਦਿਆਂ ਦੇ ਨਾਲ ਇਨਸਾਫ ਹੋਣਾ ਚਾਹੀਦਾ। ਜਿਹੜੇ ਬੰਦੇ 2 ਨੰਬਰ ਦੇ ਵਿੱਚ ਖੇਤਾਂ 'ਚ ਕੰਮ ਕਰਨ ਲੈ ਕੇ ਜਾ ਰਹੇ ਹੋ ਲੋਕਾਂ ਨੂੰ, ਉਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ। ਬਹੁਤ ਹੀ ਜਲਦ ਕੋਈ ਨਵਾਂ ਅਪਡੇਟ ਸਰਕਾਰ ਕਰ ਸਕਦੀ ਹੈ, ਸਪੈਸ਼ਲੀ ਜਿਹੜੇ ਬੰਦੇ ਖੇਤਾਂ 'ਚ ਕੰਮ ਕਰ ਰਹੇ ਨੇ। ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਬੰਦਾ ਤੋਂ ਹੀ ਜ਼ਿਆਦਾ ਸੀਗਾ, ਪਰ ਜ਼ਿਆਦਾਤਰ ਅਫਰੀਕਨ ਲੋਕਾਂ ਨੂੰ ਹੀ ਸ਼ੋਸ਼ਣ ਉਹਨਾਂ ਦਾ ਕੀਤਾ ਜਾਂਦਾ। ਅਤੇ ਇਹ ਬੰਦਾ ਵੀ ਦੱਸਿਆ ਜਾ ਰਿਹਾ ਕਿ ਲਵੋਰੋ ਨੇਰੋ ਦਾ ਹੀ ਸ਼ਿਕਾਰ ਸੀ, 2 ਨੰਬਰ ਦੇ ਵਿੱਚ ਇਹ ਜਿਹੜਾ ਕੰਮ
कर रहा सी। एक ब्रचांते सी, ब्रचांते सी कहिंदे खेतां दे विच काम करन वाला मजदूर। ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ। ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੀ ਇਟਾਲੀਅਨ ਖਬਰਾਂ, ਤੁਸੀਂ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਮ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਦੀ ਯਾਦ ਵਿੱਚ ਸਾਲਾਨਾ ਵਿਸ਼ਵ ਸ਼ਾਂਤੀ ਯੱਗ 29 ਜੁਲਾਈ ਦਿਨ ਸ਼ਨੀਵਾਰ ਨੂੰ ਸ਼੍ਰੀ ਰਮੇਸ਼ ਪਾਲ ਸ਼ਾਸਤਰੀ ਅਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼੍ਰੀ ਬਾਲਾ ਜੀ ਸਨਾਤਨੀ ਮੰਦਿਰ ਪਦੋਵਾ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਕੰਜਕ ਪੂਜਣ ਅਤੇ ਹੋਰ ਵੀ ਵਿਸ਼ੇਸ਼ ਧਾਰਮਿਕ ਕਾਰਜ ਹੋਣਗੇ। ਆਪ ਸਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਯੱਗ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਸ਼ੁਕਰੀਆ।